ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਟੈਪਿੰਗ ਸਟੋਨ ਪੰਜਾਬੀ ਰੀਡਰ 6 ਵਿੱਚ ਤੁਹਾਨੂੰ ਸਾਰਿਆਂ ਨੂੰ ਨਿੱਗੀ ਜੀ ਆਇਆਂ ਮੈਂ ਅਰਸ਼ੰਦਰਪਾਲ ਕੌਰ ਅੱਜ ਤੁਹਾਡੇ ਲਈ ਪਾਠ ਨੰਬਰ 25 ਲੈ ਕੇ ਹਾਜ਼ਰ ਹਾਂ ਚਲੋ ਚੱਲੀਏ ਨਵਾਂ ਪਾਠ ਸਿੱਖੀਏ ਸਾਡਾ ਅੱਜ ਦਾ ਪਾਠ ਹੈ ਹਰਮੰਦਰ ਸਾਹਿਬ ਦੀਆਂ ਬੇਅਦਬੀਆਂ ਇਸ ਤੋਂ ਪਹਿਲਾਂ ਅਸੀਂ ਪਾਠ ਜਿਹੜਾ ਪੜਿਆ ਸੀ ਉਹ ਸੀ ਹਰਿਮੰਦਰ ਸਾਹਿਬ ਦਾ ਇਤਿਹਾਸ ਕਿ ਹਰਿਮੰਦਰ ਸਾਹਿਬ ਦੀ ਸਥਾਪਨਾ ਕਿਸ ਤਰ੍ਹਾਂ ਹੋਈ ਕਿਸ ਗੁਰੂ ਸਾਹਿਬਾਨ ਨੇ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਵਾਈ ਸੋ ਅੱਜ ਦਾ ਸਾਡਾ ਪਾਠ ਹੈ ਬੜਾ ਦਿਲ ਨੂੰ ਦੁਖੀ ਕਰਨ ਵਾਲਾ ਹੈ ਕਿ ਹਰਿਮੰਦਰ ਸਾਹਿਬ ਦੀ ਡਿਸਰੈਸਪੈਕਟ ਸਮੇਂ-ਸਮੇਂ ਤੇ ਹੋਈ ਤੇ ਜਿਹੜੀ ਕਿ ਕਿਸੇ ਵੀ ਸਿੱਖ ਦੇ ਦਿਲ ਨੂੰ ਦੁੱਖ ਪਹਚਾ ਸਕਦੀ ਹੈ ਸੋ ਉਹਦੇ ਬਾਰੇ ਅੱਜ ਅਸੀਂ ਇਤਿਹਾਸ ਦੇ ਵਿੱਚ ਜੋ ਕੁਝ ਹੋਇਆ ਅਸੀਂ ਉਹਦੇ ਬਾਰੇ ਪੜਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਅਸੀਂ ਆ ਔਖੇ ਸ਼ਬਦਾਂ ਦੇ ਅਰਥ ਸਿੱਖਦੇ ਹਾਂ ਤਾਂ ਜੋ ਪਾਠ ਸਿੱਖਣਾ ਸਾਨੂੰ ਸੌਖਾ ਹੋ ਜਾਵੇ ਤਾਂ ਅਸੀਂ ਉਹ ਸਿੱਖਾਂਗੇ ਪਹਿਲਾ ਸ਼ਬਦ ਹੈ ਸਿਰਜਣਾ ਇਹਦਾ ਮਤਲਬ ਹੈ ਐਸਟੈਬਲਿਸ਼ਮੈਂਟ ਔਰ ਕ੍ਰिएशन ਕਿਸੇ ਚੀਜ਼ ਦੀ ਇੰਤਜ਼ਾਮ ਅਰੇਂਜਮੈਂਟਸ ਦੁਬਾਰਾ ਅਗੇਨ सुनेे मैसेजेस फुट डिफरेंसेस इजाजत परमिशन धोखा डिसीट गोलियां बुलेट्स गोले बॉम्बस हमला अटैक मनाही प्रोहिबिशन बेअदबी डिसरिस्पैक्ट बेअदबियां डिसरिसपैक्ट्स ਪਲੂਰਲ ਹੈ ਨਾ ਬਦਲਾ ਲਿਆ ਟੁਕ ਰਿਵੈਂਜ ਖੋਇਆ ਸਨੈਚਡ ਕਬਜ਼ਾ ਕੰਟਰੋਲ ਔਰ ਓਨਰਸ਼ਿਪ ਹੋਂਦ ਵਿੱਚ ਆਇਆ ਕੇਮ ਇਨ ਐਗਜ਼ਿਸਟੈਂਸ ਨੁਕਸਾਨ ਡੈਮੇਜ ਪਾਈ ਮਨੀ ਸਿੰਘ ਜੀ ਦਾ ਹਰਮੰਦਰ ਸਾਹਿਬ ਵਿੱਚ ਆਉਣਾ ਪਾਈ ਮਨੀ ਸਿੰਘ ਤੁਸੀਂ ਜ਼ਰੂਰ ਪਹਿਲਾਂ ਵੀ ਨਾਮ ਸੁਣਿਆ ਹੋਏਗਾ ਪਾਈ ਮਨੀ ਸਿੰਘ ਜੀ ਸ਼ਹੀਦ ਅ ਜੀਨਾਂ ਨੇ ਸਿੱਖੀ ਸਿੱਧਕ ਦੀ ਖਾਤਰ ਸ਼ਹੀਦੀ ਪਾਈ 1699 ਵਿੱਚ ਖਾਲਸਾ ਪੰਥ ਦੀ ਸਿਰਜਣਾ ਹੋਈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ 1699 ਵਿਸਾਖੀ ਦਾ ਦਿਨ ਜਦ ਜਿਹੜੀ ਅਸੀਂ ਵਿਸਾਖੀ ਮਨਾਉਂਦੇ ਹਾਂ ਖਾਲਸਾ ਪੰਥ ਦਾ ਸਿਰਜਣਾ ਦਿਵਸ ਮਨਾਉਂਦੇ ਹਾਂ 1699 ਵਿੱਚ ਖਾਲਸਾ ਪੰਥ ਦੀ ਸਿਰਜਣਾ ਹੋਈ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਅਤੇ ਹੋਰ ਸੇਵਾਦਾਰਾਂ ਨੂੰ ਹਰ ਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਇੰਤਜ਼ਾਮ ਲਈ ਅੰਮ੍ਰਿਤਸਰ ਭੇਜਿਆ ਭਾਈ ਮਨੀ ਸਿੰਘ ਜੀ ਨੇ ਇਹ ਇੰਤਜ਼ਾਮ ਬਹੁਤ ਸਿਆਣਪ ਨਾਲ ਕੀਤਾ ਸਿਆਣਪ ਵਾਈਜ਼ਲੀ ਬੜੀ ਬਹੁਤ ਵਾਈਜ਼ਲੀ ਬੜੀ ਵਿਜ਼ਡਮ ਦੇ ਨਾਲ ਉਹਨਾਂ ਨੇ ਇਹ ਇੰਤਜ਼ਾਮ ਅਰੇਂਜਮੈਂਟਸ ਜੜੇ ਕੀਤੇ ਉਹ ਅਕਾਲ ਬੁੰਗੀ ਉਹ ਅਕਾਲ ਬੁੰਗੇ ਵਿੱਚ ਰਹਿੰਦੇ ਉੱਥੋਂ ਸੰਗਤਾਂ ਨੂੰ ਗੁਰਮਤ ਦੇ ਸਨੇਹੇ ਦਿੰਦੇ ਗੁਰਮਤ ਅਕੋਰਡਿੰਗ ਟੂ ਗੁਰਮਤ ਹੈ ਨਾ ਗੁਰੂ ਦੀ ਮੱਤ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਬੰਦਾਈ ਖਾਲਸਾ ਅਤੇ ਤਤ ਖਾਲਸਾ ਵਿੱਚ ਪਈ ਹੋਈ ਫੁੱਟ ਖਤਮ ਕੀਤੀ ਫੁੱਟ ਜਿਹੜੇ ਡਿਫਰੈਂਸਸ ਆਗੇ ਸੋਨਾ ਵਿੱਚ ਉਹਨਾਂ ਨੂੰ ਖਤਮ ਕੀਤਾ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਕੋਲੋਂ ਹਰਮੰਦਰ ਸਾਹਿਬ ਵਿੱਚ ਦੀਵਾਲੀ ਮਨਾਉਣ ਦੀ ਇਜਾਜ਼ਤ ਲਈ ਇਜਾਜ਼ਤ ਅਸੀਂ ਕਿਹਾ ਸੀ ਪਰਮਿਸ਼ਨ ਅਸੀਂ ਸਿੱਖਿਆ ਸ਼ਬਦ ਜ਼ਕਰੀਆ ਮੰਨ ਤਾਂ ਗਿਆ ਪਰ ਉਸਨੇ ਇਸ ਲਈ 5000 ਰੁਪਏ ਟੈਕਸ ਮੰਗਿਆ ਪਰ ਜ਼ਕਰੀਆ ਤਾਂ ਧੋਖਾ ਕਰ ਰਿਆ ਸੀ ਉਹ ਚਾਹੁੰਦਾ ਸੀ ਕਿ ਸਿੱਖ ਆਉਣ ਤਾਂ ਕਿ ਉਸ ਦੀਆਂ ਫੌਜਾਂ ਉਹਨਾਂ ਨੂੰ ਮਾਰ ਦੇਣ ਉਸਨੇ ਲਖਪਤ ਰਾਏ ਨੂੰ ਕਿਹਾ ਕਿ ਉਹ ਦੀਵਾਲੀ ਤੇ ਆਏ ਸਿੱਖਾਂ ਉੱਤੇ ਹਮਲਾ ਕਰੇਗਾ ਤੇ ਸਭ ਸਿੱਖਾਂ ਨੂੰ ਮਾਰੇਗਾ ਅਸੀਂ ਪਹਿਲਾਂ ਇੱਕ ਪਾਠ ਪੜਿਆ ਸੀ ਜਿਹਦੇ ਵਿੱਚ ਕੱਲੂ ਕਰੇ ਤੇ ਅਸੀਂ ਪਾਠ ਪੜਿਆ ਸੀ ਛੋਟਾ ਕੱਲੂ ਕਾਰਾ ਜਿਹਦੇ ਵਿੱਚ ਲਖਪਤ ਰਾਏ ਨੇ ਆਪਣੇ ਭਰਾ ਜਸਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਸਿੱਖਾਂ ਤੇ ਬਹੁਤ ਜ਼ੁਲਮ ਕੀਤੇ ਤੇ ਛੋਟਾ ਕੱਲੂ ਕਾਰਾ ਕੀਤਾ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ ਬਹੁਤ ਸਾਰੇ ਸਿੱਖਾਂ ਨੂੰ ਜਾਨੂ ਮਾਰਿਆ ਭਾਈ ਮਨੀ ਸਿੰਘ ਜੀ ਨੂੰ ਇਸ ਸਕੀਮ ਦਾ ਪਤਾ ਲੱਗ ਗਿਆ ਕਿਹੜੀ ਸਕੀਮ ਦਾ ਜਿਹੜੀ ਕਿ ਲਖਪਤ ਰਾਏ ਨੇ ਉਹ ਨੁਕੀ ਹਾਸੀ ਜ਼ਕਰੀਆ ਖਾਨ ਨੇ ਕਿ ਦੀਵਾਲੀ ਤੇ ਆਏ ਸਿੱਖਾਂ ਉਤੇ ਹੋ ਆਮਲਾ ਕਰਕੇ ਸਿੱਖਾਂ ਨੂੰ ਮਾਰੇਗਾ ਕਿਉਂਕਿ ਜਿਹੜਾ ਵੀ ਸਿੱਖਾਂ ਦਾ ਦੁਸ਼ਮਣ ਸੀ ਉਹ ਜਿਹੜੇ ਮੁਗਲ ਸੀ ਇਹਨਾਂ ਦਾ ਦੋਸਤ ਬਣ ਜਾਂਦਾ ਸੀ ਭਾਈ ਮਨੀ ਸਿੰਘ ਜੀ ਨੂੰ ਇਸ स्कीम ਦਾ ਪਤਾ ਲੱਗ ਗਿਆ ਉਹਨਾਂ ਨੇ ਸਿੱਖਾਂ ਨੂੰ ਸੁਨੇਹੇ ਭੇਜੇ ਕਿ ਕੋਈ ਸਿੱਖ ਅੰਮ੍ਰਿਤਸਰ ਨਾ ਆਵੇ ਸਿੱਖ ਨਾ ਆਏ ਜ਼ਕਰੀਏ ਨੂੰ ਕੋਈ ਟੈਕਸ ਨਾ ਮਿਲਿਆ ਜ਼ਕਰੀਏ ਨੂੰ ਗੁੱਸਾ ਆਇਆ ਉਸਨੇ ਭਾਈ ਮਨੀ ਸਿੰਘ ਨੂੰ ਫੜ ਲਿਆ 1737 ਵਿੱਚ ਭਾਈ ਮਨੀ ਸਿੰਘ ਨੂੰ ਇੱਕ ਇੱਕ ਅੰਗ ਕੱਟ ਕੇ ਸ਼ਹੀਦ ਕੀਤਾ ਗਿਆ ਅਸੀਂ ਅਰਦਾਸ ਦੇ ਵਿੱਚ ਜਦੋਂ ਬੋਲਦੇ ਆ ਕਿ ਬੰਦ ਬੰਦ ਕਟਵਾਏ ਸੋ ਬੰਦ ਬੰਦ ਕਟਵਾਉਣ ਵਾਲੇ ਭਾਈ ਮਨੀ ਸਿੰਘ ਜੀ ਸੀ ਹਰਿਮੰਦਰ ਸਾਹਿਬ ਦੀਆਂ ਬੇਅਦਬੀਆਂ ਡਿਸਰੈਸਪੈਕਟ ਜਿਹੜੀ ਹੋਈ ਹਰਿਮੰਦਰ ਸਾਹਿਬ ਦੀ ਉਹਦੇ ਬਾਰੇ ਅਸੀਂ ਪੜਨ ਜਾ ਰਹੇ ਆਂ ਪੰਜ ਵਾਰੀ ਹਰਮੰਦਰ ਸਾਹਿਬ ਤੇ ਹਮਲੇ ਕੀਤੇ ਗਏ ਅਤੇ ਬੇਅਦਬੀਆਂ ਕੀਤੀਆਂ ਗਈਆਂ ਮੱਸੇ ਰੰਗੜ ਨੇ 1740 ਵਿੱਚ ਹਰਮੰਦਰ ਸਾਹਿਬ ਵਿੱਚ ਕੁੜੀਆਂ ਦੇ ਨਾਚ ਕਰਵਾਏ ਸ਼ਰਾਬਾਂ ਪੀਤੀਆਂ ਅਤੇ ਸਰੋਵਰ ਦੀ ਵੀ ਬੇਅਦਬੀ ਕੀਤੀ 1746 ਵਿੱਚ ਲਖਪਤ ਰਾਏ ਨੇ ਛੋਟਾ ਕੱਲੂਕਾਰਾ ਕੀਤਾ ਅਤੇ ਕਰੀਬ 7000 ਸਿੱਖ ਕਤਲ ਕੀਤੇ ਹਰਮੰਦਰ ਸਾਹਿਬ ਦੇ ਸਰੋਵਰ ਨੂੰ ਰੇਤ ਨਾਲ ਪਰਵਾਕੇ ਬੇਅਦਬੀ ਕੀਤੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਇਸ ਦਾ ਬਦਲਾ ਲਿਆ ਹਰਮੰਦਰ ਸਾਹਿਬ ਨੂੰ ਮੁਗਲਾਂ ਕੋਲੋਂ ਵਾਪਸ ਖੋਇਆ ਸਫਾਈ ਕਰਵਾਈ ਅਤੇ 1748 ਵਿੱਚ ਦੀਵਾਲੀ ਮਨਾਈ 1757 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਸਰੋਵਰ ਵਿੱਚ ਗਾਵਾਂ ਦਾ ਮਾਸ ਸੁੱਟਿਆ ਤੇ ਫਿਰ ਇਸ ਦੀ ਫਰਬੇਦ ਵੀ ਕੀਤੀ ਬਾਬਾ ਦੀਪ ਸਿੰਘ ਜੀ ਸ਼ਹੀਦ ਨੇ ਇਸ ਦਾ ਬਦਲਾ ਲਿਆ ਅਤੇ ਸ਼ਹੀਦੀ ਪਾਈ ਗੁਰੂ ਦੇ ਸੱਚੇ ਸਿੱਖ ਗੁਰੂ ਦੇ ਸਿੰਘ ਹਰਿਮੰਦਰ ਸਾਹਿਬ ਦਾ અપਮਾਨ ਹਰਿਮੰਦਰ ਸਾਹਿਬ ਦੀ ਬੇਅਦਬੀ ਨਹੀਂ ਸਹਾਰ ਸਕਦੇ ਸੀ ਸੋ ਉਹਨਾਂ ਨੇ ਸ਼ਹੀਦੀਆਂ ਪਾਈਆਂ ਤੇ ਬਾਰ-ਬਾਰ ਹਰਿਮੰਦਰ ਸਾਹਿਬ ਦੀ ਜਿਹੜੀ ਬੇਅਦਬੀ ਹੋ ਰਹੀ ਸੀ ਉਹਦਾ ਬਦਲਾ ਲਿਆ 1862 ਵਿੱਚ ਐਂਦਸ਼ਾਬਦਾਲੀ ਜਿਹਨੂੰ ਕਿ ਦੁਰਾਨੀ ਦੇ ਵੀ ਕਿਹਾ ਜਾਂਦਾ ਹੈ ਨੇ ਫਿਰ ਗੋਲੀਆਂ ਤੇ ਗੋਲੇ ਮਾਰ ਕੇ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਤੋੜ ਦਿੱਤਾ ਇਮਾਰਤ ਬਿਲਡਿੰਗ ਹੈ ਨਾ ਬਹੁਤ ਸੇਖ ਇਸ਼ਨਾਨ ਕਰਨ ਆਏ ਹੋਏ ਸਨ ਸਭ ਨੇ ਸ਼ਹੀਦ ਦੀ ਪਾਈ ਸਰੋਵਰ ਦੀ ਫਿਰ ਬੇਅਦਬੀ ਹੋਈ 1849 ਵਿੱਚ ਬ੍ਰਿਟਿਸ਼ ਨੇ ਪੰਜਾਬ ਅਤੇ ਹਰਮੰਦਰ ਤੇ ਕਬਜ਼ਾ ਕਰ ਲਿਆ ਪਰ ਉਹਨਾਂ ਨੇ ਹਰਮੰਦਰ ਦੀ ਬੇਅਦਵੀ ਨਹੀਂ ਕੀਤੀ। ਇਸੇ ਹੀ ਟਾਈਮ ਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਅਤੇ 1925 ਵਿੱਚ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਹਰਮੰਦਰ ਸਾਹਿਬ ਦੀ ਸੰਭਾਲ ਕਰਨ ਦੀ ਜ਼ਿੰਮੇਵਾਰੀ ਮਿਲੀ। ਜ਼ਿੰਮੇਵਾਰੀ ਰਿਸਪੌਂਸਿਬਿਲਟੀ। 1984 ਵਿੱਚ ਇੰਡੀਆ ਦੀ ਸਰਕਾਰ ਨੇ ਹਰਮੰਦਰ ਸਾਹਿਬ ਤੇ ਮਿਲਟਰੀ ਹਮਲਾ ਕੀਤਾ। ਉਸ ਹਮਲੇ ਵਿੱਚ ਬਹੁਤ ਨੁਕਸਾਨ ਹੋਇਆ। ਅਕਾਲ ਤਖਤ ਸਾਹਿਬ ਨੂੰ ਗੋਲੀਆਂ ਅਤੇ ਬੰਬ ਮਾਰ ਕੇ ਤੋੜਿਆ ਸਿੱਖਾਂ ਦੀਆਂ ਬਹੁਤ ਕੀਮਤੀ ਨਿਸ਼ਾਨੀਆਂ ਸਾੜੀਆਂ ਗਈਆਂ ਉਸ ਹਮਲੇ ਨੂੰ ਆਪਰੇਸ਼ਨ ਬਲੂ ਸਟਾਰ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਇੰਡੀਅਨ ਪੁਲਿਸ ਅਤੇ ਫੌਜਾਂ ਵੱਲੋਂ ਬਹੁਤ ਸਿੱਖ ਮਾਰੇ ਗਏ ਜਿੰਨੀ ਵਾਰ ਹਰਿਮੰਦਰ ਸਾਹਿਬ ਤੇ ਹਮਲੇ ਹੋਏ ਸਿੱਖਾਂ ਨੇ ਹਾਰ ਨਹੀਂ ਮੰਨੀ ਹਮਲਾਵਰਾਂ ਕੋਲੋਂ ਬੇਅਦਬੀ ਦਾ ਬਦਲਾ ਲਿਆ ਹਰ ਹਮਲੇ ਤੋਂ ਬਾਅਦ ਸਿੱਖ ਫਿਰ ਹਰਿਮੰਦਰ ਸਾਹਿਬ ਦੀ ਉਸਾਰੀ ਵਿੱਚ ਦੁਬਾਰਾ ਲੱਗ ਜਾਂਦੇ ਸਿੱਖਾਂ ਨੇ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਉਸ ਤਰ੍ਹਾਂ ਹੀ ਦੁਬਾਰਾ ਬਣਾਇਆ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਬਣਵਾਇਆ ਸੀ ਬੱਚਿਓ ਇਹ ਪਾਠ ਜਿਹੜਾ ਅਸੀਂ ਪੜਿਆ ਹੈ ਇਹ ਸਾਨੂੰ ਸਿੱਖ ਇਤਿਹਾਸ ਦੇ ਉੱਤੇ ਸਿੱਧੀ ਹਰਮੰਦਰ ਸਾਹਿਬ ਜੀ ਦੇ ਉੱਪਰ ਜਿਹੜੇ ਹਮਲੇ ਹੋਏ ਉਹਨਾਂ ਬਾਰੇ ਬਹੁਤ ਜਾਣਕਾਰੀ ਦਿੰਦਾ ਹੈ ਤੇ ਅਸੀਂ ਦੇਖਦੇ ਹਾਂ ਕਿ ਗੁਰੂ ਦੇ ਸੱਚੇ ਸਿੱਖ ਕਦੇ ਵੀ ਟਿਕ ਕੇ ਨਹੀਂ ਬੈਠੇ ਕਦੇ ਵੀ ਉਹਨਾਂ ਨੇ ਦਰਬਾਰ ਸਾਹਿਬ ਦੀ ਹਰਮੰਦਰ ਸਾਹਿਬ ਦੀ ਹੋ ਰਹੀ ਬੇਅਦਬੀ ਦਾ ਜਿਹੜਾ ਹਮੇਸ਼ਾ ਹੀ ਵਿਰੋਧ ਕੀਤਾ ਕਦੇ ਵੀ ਉਹਨੇ ਉਹ ਚੁੱਪ ਨਹੀਂ ਬੈਠੇ ਤੇ ਉਹਨਾਂ ਨੇ ਸ਼ਹੀਦੀਆਂ ਪਾਈਆਂ ਸੋ ਇਹ ਸਿਲਸਲਾ ਕਦੋਂ ਤੋਂ ਸ਼ੁਰੂ ਹੋਇਆ ਤੇ ਦੇਖੋ 1984 ਦੇ ਵਿੱਚ ਅਸੀਂ ਦੇਖਿਆ ਅਸੀਂ ਆਪ ਦੇਖਿਆ ਜਦੋਂ ਮਿਸਤਰੀ ਹਮਲਾ ਹੋਇਆ ਸੀ ਤੇ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਸੀ ਸਿੱਖਾਂ ਦਾ ਤੇ ਪੰਜਾਬ ਤੋਂ ਬਾਹਰ ਵੀ ਇਹ ਮੰਨ ਨੂੰ ਉਦਾਸ ਕਰਨ ਵਾਲਾ ਪਾਠ ਸੀ ਬੱਚਿਓ ਪਰ ਇਹ ਸਦਾ ਇਤਿਹਾਸ ਹੈ ਸਾਨੂੰ ਇਸ ਨੂੰ ਬਹੁਤ ਜ਼ਰੂਰੀ ਹੈ ਜਾਨਣਾ ਠੀਕ ਹੈ ਹੁਣ ਅਸੀਂ ਗ੍ਰਾਮਰ ਪੁਆਇੰਟਸ ਤੇ ਗੱਲ ਕਰਾਂਗੇ ਇਸਦੇ ਵਿੱਚ ਅਸੀਂ ਸਫਿਕਸਸ ਤੇ ਪ੍ਰੀਫਿਕਸਸ ਦੀ ਗੱਲ ਕਰਦੇ ਆ ਸਫਿਕਸਸ ਹੁੰਦੇ ਨੇ ਜਿਹੜੇ ਕਿ ਸ਼ਬਦ ਦੇ ਪਿੱਛੇ ਲੱਗ ਕੇ ਕੁਝ ਸ਼ਬਦ ਦੇ ਇੱਕ ਹਿੱਸਾ ਪਿੱਛੇ ਲੱਗਦਾ ਹੈ ਤੇ ਉਹਦਾ ਜਿਹੜਾ ਅਰਥ ਬਦਲ ਜਾਂਦਾ ਹੈ ਉਹਦੇ ਹੋਰ मीनिंग ਹੋ ਜਾਂਦੇ ਹੋਰ ਮਾਇਨੇ ਹੋ ਜਾਂਦੇ ਨੇ ਠੀਕ ਹੈ ਸੋ ਕਈ ਵਾਰੀ ਉਹ ਜਿਹੜਾ ਸ਼ਬਦ ਹੈ ਉਹ ਨਾਉਨ ਤੋਂ ਕਈ ਵਾਰੀ ਐਡਜੈਕਟਿਵ ਵੀ ਬਣ ਜਾਂਦਾ ਹੈ ਤੇ ਕਈ ਵਾਰੀ ਜਿਹੜਾ ਨਾਉਨ ਦਾ ਹੋਰ ਮਤਲਬ ਹੋ ਜਾਂਦਾ ਹੈ ਜਿਸ ਤਰ੍ਹਾਂ ਅਸੀਂ ਕਹਿੰਦੇ ਧਾਰ ਸ਼ਬਦ ਅਰਥ ਹੈ ਡੂਅਰ ਆਫ ਸਮਥਿੰਗ ਤੇ ਸੇਵਾਦਾਰ ਮਤਲਬ ਡੂਅਰ ਆਫ ਸੇਵਾ ਜਿਹੜਾ ਸੇਵਾ ਕਰਦਾ ਹੈ ਤਾਬਿਆਦਾਰ ਮੀਨ ਦਾ ਵਨ ਹੂ ਸਿਟਸ ਇਨ ਪ੍ਰੈਜ਼ੈਂਸ ਜਿਹੜਾ ਗੁਰੂ ਸਾਹਿਬ ਜੀ ਦੀ ਤਾਬਿਆ ਬੈਠਦਾ ਉਹ ਅਸੀਂ ਉਹਨਾਂ ਨੂੰ ਉਹਨਾਂ ਨੂੰ ਤਾਬਿਆਦਾਰ ਗੁਰੂ ਜੀ ਦਾ ਤਾਬਿਆਦਾਰ ਹੈ ਨਾ ਸੋ ਗੁਰੂ ਜੀ ਦਾ ਜਿਹੜਾ ਹੁਕਮ ਮੰਨਦਾ ਹੈ ਜੇ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਬੈਠਦਾ ਹੈ ਓਹੋ ਗੁਰੂ ਜੀ ਇਹਨਾਂ ਨੂੰ ਤਾਬਿਆਦਾਰ ਕਹਿੰਦੇ ਆ ਪ੍ਰੀਫਿਕਸ ਬੇ ਜਿਹੜਾ ਹੈ मीनिंग ਡਿਸ অর ਬੈਡ ਜਿਸ ਤਰ੍ਹਾਂ ਅਸੀਂ ਰਿਸਪੈਕਟ ਕਹਿੰਦੇ ਆ ਤੇ ਜਦੋਂ ਅਸੀਂ ਡਿਸ ਲਗਾ ਦਿੰਨੇ ਆ ਉਹ ਡਿਸਰਿਸਪੈਕਟ ਹੋ ਜਾਂਦਾ ਤੇ ਉਹ ਬੈਡ ਹੋ ਜਾਂਦਾ ਉਹਦਾ ਮਤਲਬ 네ਗੇਟਿਵ ਹੋ ਜਾਂਦਾ ਸੋ ਪ੍ਰੀਫਿਕਸ ਬੇ ਲਗਾ ਕੇ ਜਿਸ ਤਰ੍ਹਾਂ ਬੇਅਦਬੀ मीनिंग ਡਿਸਰਿਸਪੈਕਟ ਰਾਈਟ ਸੋ ਜਿਸ ਤਰ੍ਹਾਂ ਨੈਕਸਟ ਹੈਗਾ ਪ੍ਰੀਫਿਕਸ ਦੋ ਮੀਨਸ 2 राइट ਅਸੀਂ ਦੋ ਜਿਸ ਤਰ੍ਹਾਂ ਕਹਿੰਦੇ ਆ ਉਹਦਾ ਮਤਲਬ ਦੋ 2 राइट ਸੋ ਇਹਨੂੰ ਅਸੀਂ ਲਿਖਦੇ ਹਾਂ ਦਦੇ ਅੰਕੜ ਦੇ ਨਾਲ ਜਿੱਦਾਂ ਦੁਬਾਰਾ ਮੀਨਸ ਟੂ ਟਾਈਮਸ ਜਾਂ ਅੱਗੇ ਹੈ ਦੁਲਤੀ ਮੀਨਸ ਟੂ ਲੈਗਸ ਹੈ ਨਾ ਸੋ ਜਦੋਂ ਕੋਈ ਘੋੜਾ ਜਾਂ ਗਦਾ ਜਿਹੜਾ ਡਾਂਕੀ ਹੁੰਦਾ ਦੋਨੋਂ ਲੱਤਾਂ ਚੁੱਕ ਕੇ ਮਾਰਦਾ ਹੈ ਤੇ ਉਹਨੂੰ ਕਹਿੰਦੇ ਦੁਲਤੀ ਹੈ ਨਾ ਸੋ ਹਰਮੰਦਰ ਸਾਹਿਬ ਦੀਆਂ ਬੇਅਦਬੀਆਂ ਸੋ ਇਹਦੇ ਵਿੱਚੋਂ ਹੁਣ ਜਿਹੜੀਆਂ ਇਵੈਂਟਸ ਹੋਈਆਂ ਉਹਨਾਂ ਨੂੰ ਤੁਸੀਂ ਲਿਖਣਾ ਹੈ ਜਿਹੜੀ ਇਵੈਂਟ ਹੋਈ ਆ ਕਦੋਂ ਹੋਈ ਹਰਮੰਦਰ ਸਾਹਿਬ ਦੇ ਬਣ ਦੀ ਸਮਾ ਸੂਚੀ ਲਿਖੋ ਸਮਾ ਸੂਚੀ ਲਿਖਣ ਲਈ ਜ਼ਰੂਰੀ ਕੰਮ ਹੋਣ ਵਾਲੀ ਤਰੀਕ ਲਿਖੋ ਜਿੱਥੇ ਤਰੀਕ ਲਿਖੀ ਹੈ ਉੱਥੇ ਜੋ ਕੰਮ ਹੋਇਆ ਹੈ ਉਹ ਲਿਖੋ ਇਸ ਲਈ ਤੁਹਾਨੂੰ ਉੱਪਰ ਲਿਖੇ ਦੋ ਲੇਖ ਪੜ੍ਹਨੇ ਪੈਣਗੇ ਉੱਪਰ ਲਿਖੇ ਮਤਲਬ ਇੱਕ ਲੇਖ ਜਿਹੜਾ ਹਰਮੰਦਰ ਸਾਹਿਬ ਦੀਆਂ ਬੇਅਦਬੀਆਂ ਤੇ ਇਸ ਤੋਂ ਪਹਿਲਾ ਪਾਠ ਜਿਹੜਾ ਪਾਠ ਨੰਬਰ 24 ਸੀ ਉਸੀ ਹਰਮੰਦਰ ਸਾਹਿਬ ਦਾ ਇਤਿਹਾਸ ਉਹ ਪਾਠ ਵੀ ਤੁਹਾਨੂੰ ਦੁਬਾਰਾ ਪੜ੍ਹਨਾ ਪਏਗਾ ਜਾਂ ਤੁਹਾਨੂੰ ਦੁਬਾਰਾ ਸੁਣਨਾ ਪਏਗਾ ਚੰਗੀ ਤਰ੍ਹਾਂ ਤਾਂ ਜੋ ਤੁਸੀਂ ਇਹ ਜਿਹੜੇ ਤਰੀਕਾ ਲਿਖਿਆ ਹੋਇਆ ਹਨ ਇੱਥੇ ਜਿਹੜੀਆਂ ਜਿਹੜੀਆਂ ਡੇਟਸ ਲਿਖਿਆ ਹੋਇਆ ਉੱਥੇ ਜਿਹੜਾ ਜਿਹੜੀ ਇਵੈਂਟ ਉਹਦੋਂ ਹੋਈ ਉਹਦਾ ਤੁਸੀਂ ਵੇਰਵਾ ਇੱਥੇ ਲਿਖੋਗੇ ਦੀ ਡਿਸਕ੍ਰਿਪਸ਼ਨ ਇੱਥੇ ਲਿਖੋਗੇ ਠੀਕ ਹੈ ਸੋ ਜਿੱਥੇ ਡਿਸਕ੍ਰਿਪਸ਼ਨ ਲਿਖੀ ਹੋਈ ਆ ਉੱਥੇ ਤੁਸੀਂ ਡੇਟਸ ਲਿਖਣੀਆਂ ਨੇ ਮੈਂ ਇਹ ਤੁਹਾਡੇ ਲਈ ਪੜ੍ਹ ਦਿੰਨੀ ਆ ਤਾਂ ਜੋ ਤੁਹਾਨੂੰ ਸੌਖਾ ਹੋ ਜਾਏ 1577 ਅੰਮ੍ਰਿਤਸਰ ਸਰੋਵਰ ਦੀ ਸਰੋਵਰ ਦੀ ਖੁਦਾਈ ਸ਼ੁਰੂ ਹੋਈ 1588 ਹਰਮੰਦਰ ਸਾਹਿਬ ਦਾ ਨੀ ਪੱੱਤਰ ਪੱਥਰ ਰੱਖਿਆ ਗਿਆ ਫਿਰ ਇਸ ਤਰ੍ਹਾਂ ਅੱਗੇ 1604 ਵਿੱਚ ਕੀ ਹੋਇਆ ਸੀ ਤੇ 16 ਅਗਸਤ 1604 ਦੇ ਵਿੱਚ ਤੁਸੀਂ ਉਹ ਲਿਖੋਗੇ ਇੱਥੇ ਘਟਨਾ ਮਸੇ ਰੰਗਣ ਦੇ ਹਰਮੰਦਰ ਸਾਹਿਬ ਵਿੱਚ ਕੁੜੀਆਂ ਦੇ ਇਲਾਜ ਕਰਵਾਏ ਸ਼ਰਾਬਾਂ ਪੀਤੀਆਂ ਤੇ ਸਰੋਵਰ ਦੀ ਬੇਅਦਵੀਂ ਵੀ ਕੀਤੀ ਸੋ ਇਹ ਕਿਹੜੀ ਤਾਰੀਖ ਸੀ ਉੱਥੇ ਤੁਸੀਂ ਤਾਰੀਖ ਲਿਖੋਗੇ ਤੇ 1699 ਖਾਲਸਾ ਪੰਥ ਦੀ ਸਿਰਜਣਾ ਹੋਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਿਨੇ ਕੀਤੀ ਸੀ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਵੇਂ ਪਾਤਸ਼ਾਹ ਨੇ ਸੋ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਹਰਮੰਦਰ ਸਾਹਿਬ ਅਤੇ ਅਕਾਲ ਤਖਤ ਦੇ ਇੰਤਜ਼ਾਮ ਲਈ ਅੰਮ੍ਰਿਤਸਰ ਪੇ ਜਿਆਸੀ ਤੇ ਗੁਰੂ ਤੇਗ ਬਹਾਦਰ ਜੀ ਨੂੰ ਹਰਿਮੰਦਰ ਸਾਹਿਬ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਨੌਵੇਂ ਪਾਤਸ਼ਾਹ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਆਉਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਸੀ ਉਹ ਇੱਥੇ ਲਿਖਿਆ ਹੋਇਆ ਡੇਟ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਦੀ ਨੀਂਹ ਰੱਖੀ ਗਈ ਲਖਪਤ ਰਾਏ ਨੇ ਛੋਟਾ ਕੱਲੂ ਕਾਰਾ ਕੀਤਾ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਰੇਤ ਪਰਵਾ ਦਿੱਤੀ ਮੀਰ ਮੰਨੂ ਮਰ ਗਿਆ ਸਿੱਖਾਂ ਨੂੰ ਹਰਮੰਦਰ ਸਾਹਿਬ 'ਉਨ ਦੀ ਖੁੱਲ ਮਿਲੀ ਅਮਦ ਸ਼ਾਹ ਬਦਾਲੀ ਜਾਂ ਦੁਰਾਨੀ ਕਹਿੰਦੇ ਸੀ ਨੇਫਰ ਗੋਲੀਆਂ ਅਤੇ ਗੋਲੇ ਮਾਰ ਕੇ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਤੋੜ ਦਿੱਤਾ ਦਰਸ਼ਨੀ ਜੋੜੀ ਦੀ ਉਸਾਰੀ ਫਿਰ ਪੂਰੀ ਹੋਈ ਇੰਡੀਆ ਦੀ ਸਰਕਾਰ ਨੇ ਹਰਮੰਦਰ ਸਾਹਿਬ ਤੇ ਮਿਲਟਰੀ ਹਮਲਾ ਕੀਤਾ ਉਸ ਹਮਲੇ ਵਿੱਚ ਬਹੁਤ ਨੁਕਸਾਨ ਹੋਇਆ ਅਕਾਲ ਤਖਤ ਸਾਹਿਬ ਨੂੰ ਗੋਲੀਆਂ ਤੇ ਬੰਬ ਮਾਰ ਕੇ ਤੋੜਿਆ ਗਿਆ ਸਿੱਖਾਂ ਦੀਆਂ ਬਹੁਤ ਕੀਮਤੀ ਨਿਸ਼ਾਨੀਆਂ ਸਾੜੀਆਂ ਗਈਆਂ ਉਸ ਹਮਲੇ ਨੂੰ ਆਪਲਿਸ਼ ਆਪਰੇਸ਼ਨ ਬਲੂ ਸਟਾਰ ਕਿਹਾ ਜਾਂਦਾ ਹੈ ਬ੍ਰਿਟਿਸ਼ ਨੇ ਪੰਜਾਬ ਅਤੇ ਹਰਮੰਦਰ ਤੇ ਕਬਜ਼ਾ ਕਰ ਲਿਆ 1849 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਹਰਮੰਦਰ ਸਾਹਿਬ ਤੇ ਸੋਨੇ ਦੇ ਪੱਤਰੇ ਚੜਾਏ ਕਦੋਂ 1850 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਮਹਾਰਾਜ ਬਣੇ ਮਹਾਰਾਜਾ ਬਣੇ 1801 ਦੇ ਵਿੱਚ ਹਰਮੰਦਰ ਸਾਹਿਬ ਦੀਆਂ ਬੇਅਦਬੀਆਂ ডিসਰੈਸਪੈਕਟਸ ਆਫ ਹਰਮੰਦਰ ਸਾਹਿਬ ਇੱਥਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਤੁਸੀਂ ਦੇਨੇ ਹਨ ਇਹਨਾਂ ਪ੍ਰਸ਼ਨਾਂ ਦੇ ਠੀਕ ਉੱਤਰ ਪੂਰੇ ਵਾਕਾਂ ਵਿੱਚ ਲਿਖੋ ਭਾਈ ਮਨੀ ਸਿੰਘ ਨੂੰ ਕਿਸ ਗੁਰੂ ਸਾਹਿਬ ਨੇ ਹਰਮੰਦਰ ਸਾਹਿਬ ਤੇ ਜੈਸੀ ਠੀਕ ਹੈ ਤੇ ਤੁਸੀਂ ਲਿਖੋਗੇ ਪਾਈ ਮਨੀ ਸਿੰਘ ਜੀ ਨੇ ਹਰਿਮੰਦਰ ਸਾਹਿਬ ਜਾ ਕੇ ਕੀ ਕੀ ਕੰਮ ਕੀਤੇ ਪਾਈ ਮਨੀ ਸਿੰਘ ਨੇ ਸਿੱਖਾਂ ਨੂੰ ਦਿਵਾਲੀ ਤੇ ਹਰਿਮੰਦਰ ਸਾਹਿਬ ਆਉਣ ਤੋਂ ਕਿਉਂ ਮਨਾ ਕੀਤਾ ਮਨਾ ਕੀਤਾ ਰੋਕਿਆ ਕਿਉਂ ਹੈਨਾ ਪ੍ਰਹੀਬਿਸ਼ਨ ਕਿਉਂ ਨਾਨਕ ਨੇ ਕਿਹਾ ਹੀ ਡਿਡਨਟ ਵਾਂਟ ਥੈਟ ਸਿੱਖ ਦੇ ਦੇ ਕਮ ਟੂ ਹਰਿਮੰਦਰ ਸਾਹਿਬ ਆਨ ਥੈਟ ਡੇ ਹੈਨਾ ਸੋ ਤੁਸੀਂ ਇਹ ਪਾਰਟ ਦੁਬਾਰਾ ਪੜਨਾ ਤੇ ਸੁਣਨਾ ਚੰਗੀ ਤਰ੍ਹਾਂ ਫਿਰ ਤੁਸੀਂ ਇਹਦਾ ਆਨਸਰ ਲਿਖਣਾ ਹੈਨਾ ਕਿਉਂਕਿ ਸਿੱਖਾਂ ਤੇ ਹਮਲੇ ਦਾ ਦਰਸੀ ਕਿਨੇ ਹਮਲਾ ਕਰਨਾ ਸੀ ਤੁਸੀਂ ਉਹ ਇੱਥੇ ਲਿਖੋਗੇ ਜਦ ਜ਼ਕਰੀਏ ਨੂੰ ਟੈਕਸ ਨਾ ਮਿਲਿਆ ਤਾਂ ਉਸਨੇ ਭਾਈ ਮਨੀ ਸਿੰਘ ਜੀ ਨੂੰ ਕੀ ਕੀਤਾ ਹਰਮੰਦਰ ਸਾਹਿਬ ਤੇ ਕਿੰਨੀ ਵਾਰੀ ਹਮਲੇ ਹੋਏ ਸਭ ਤੋਂ ਹਾਲ ਦਾ ਹਮਲਾ ਕਦ ਕੀਤਾ ਗਿਆ ਤੇ ਕਿਸ ਨੇ ਕੀਤਾ ਹਾਲ ਦਾ ਮੀਨਸ ਮੋਸਟ ਰੀਸੈਂਟ ਜਿਹੜਾ ਸਭ ਤੋਂ ਜਿਹੜੇ ਹੁਣ ਨੇੜੇ ਦਾ ਜਿਹੜਾ ਹਮਲਾ ਹੈ ਔਕ ਕਿਸ ਨੇ ਕੀਤਾ ਤੇ ਕਦੋਂ ਕੀਤਾ ਹਰ ਮੰਦਰ ਸਾਹਿਬ ਦੀ ਬੇਅਦਬੀ ਕਿਸ ਨੇ ਕੀਤੀ ਅਤੇ ਕਿਹੜੇ ਤਰੀਕਿਆਂ ਨਾਲ ਕੀਤੀ ਬੇਅਦਬੀ ਕਿਸ ਨੇ ਕੀਤੀ ਇੱਥੇ ਤੁਸੀਂ ਲਿਖੋਗੇ ਕਿਵੇਂ ਕੀਤੀ ਤੁਸੀਂ ਇੱਥੇ ਲਿਖੋਗੇ ਲਿਖੇ ਵਾਕਾਂ ਦੇ ਹਿੱਸੇ ਆਪਸ ਵਿੱਚ ਜੋੜ ਕੇ ਪੂਰੇ ਵਾਕ ਬਣਾਓ ਫਿਰ ਠੀਕ ਵਾਕ ਲਾਈਨਾਂ ਤੇ ਲਿਖੋ 1699 ਵਿੱਚ ਕੀ ਹੋਇਆ ਸੀ ਸੋ 199 ਦੇ ਵਿੱਚ ਖਾਲਸਾਪਨ ਦੀ ਸਿਰਜਣਾ ਹੋਈ ਸੀ ਜਾਂ ਕੋਈ ਹੋਰ ਘਟਨਾ ਹੋਈ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਫਿਰ ਨੰਬਰ 4 1984 ਵਿੱਚ ਕੀ ਹੋਇਆ ਸੀ ਪਾਈ ਮਨੀ ਸਿੰਘ ਜੀ ਉਹਨਾਂ ਬਾਰੇ ਲਿਖਦਾ ਪੰਜ ਵਾਰੀ ਪੰਜ ਵਾਰੀ ਕੀ ਹੋਇਆ ਬੰਦਾਈ ਖਾਲਸਾ ਤੇ ਤਤ ਖਾਲਸਾ ਵਿੱਚ ਫੁੱਟ ਪੈ ਗਈ ਕਿਸ ਤੋਂ ਬਾਅਦ ਬਾਬਾ ਬੰਦਾ ਬੰਦਾ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਜਾਂ ਕਦੋਂ ਅਕਾਲਾ ਅਕਾਲ ਬੁੰਗੇ ਵਿੱਚ ਰਹਿੰਦੇ ਕੌਣ ਰਹਿੰਦੇ ਸਨ ਅਕਾਲ ਬੁੰਗੇ ਵਿੱਚ ਪਾਈ ਮਨੀ ਸਿੰਘ ਜੀ ਜਾਂ ਕੋਈ ਹੋਰ ਹਰਮੰਦਰ ਸਾਹਿਬ ਤੇ ਹਮਲੇ ਕੀਤੇ ਗਏ ਤੇ ਬੇਅਦਬੀਆਂ ਕੀਤੀਆਂ ਗਈਆਂ ਕਿੰਨੀ ਵਾਰੀ ਖਾਲਸਾ ਪੰਥ ਦੀ ਸਿਰਜਣਾ ਹੋਈ ਕਦੋਂ ਇਹ ਤੁਸੀਂ ਲਿਖੋਗੇ ਪਾਈ ਮਨੀ ਸਿੰਘ ਜੀ ਨੂੰ ਹਰਮੰਦਰ ਸਾਹਿਬ ਦੇ ਇੰਤਜ਼ਾਮ ਲਈ ਕਿਸ ਨੇ ਭੇਜਿਆ ਉਹ ਤੁਹਾਨੂੰ ਪਤਾ ਹੈ ਪੜ ਤੁਸੀਂ ਸੁਣਿਆ ਹੈ ਪੜਿਆ ਹੈ ਇੰਡੀਆ ਦੀ ਸਰਕਾਰ ਨੇ ਹਰਮੰਦਰ ਸਾਹਿਬ ਤੇ ਮਿਲਟਰੀ ਹਮਲਾ ਕੀਤਾ ਕਦੋਂ ਕੀਤਾ ਇਹਨਾਂ ਸਾਰਿਆਂ ਨੂੰ ਆਪਸ ਵਿੱਚ ਜੋੜੋ ਠੀਕ ਆਨਸਰ ਦੇ ਨਾਲ ਦੋਨੋਂ ਹਿੱਸੇ ਜੋੜ ਕੇ ਇੱਕ ਠੀਕ ਆਨਸਰ ਬਣਾਓ ਤੇ ਫਿਰ ਉਸ ਨੂੰ ਇਹਨਾਂ ਲਾਈਨਾਂ ਤੇ ਲਿਖੋ ਠੀਕ ਹੈ ਜੀ ਸੋ ਅੱਗੇ ਚੱਲਦੇ ਹਾਂ ਇਹ ਆਖੀਰਲਾ ਸਫਾਸੀ ਸੋ ਹੁਣ ਸਾਡਾ ਪਾਠ ਇੱਥੇ ਹੀ ਖਤਮ ਹੁੰਦਾ ਹੈ ਤੁਸੀਂ ਪਾਠ ਨੂੰ ਪੜਨਾ ਤੇ ਆਪਣਾ ਰਵਾਨਗੀ ਦੇਖਣਾ ਪਾਠੀ ਜਦੋਂ ਪੜਦਿਆਂ ਤੁਹਾਡੀ ਫਲੂਐਂਸੀ ਤੁਹਾਡੀ ਐਕੂਰੇਸੀ ਕੀ ਹੈ ਹੁਣ ਬਹੁਤ ਅੱਛੀ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਹੁਣ ਜਮਾਤ ਦੇ ਬਿਲਕੁਲ ਅਖੀਰਲੇ ਪਾਠਾਂ ਤੇ ਆ ਗਏ ਹਾਂ ਇਸ ਕਰਕੇ ਤੁਸੀਂ ਹੁਣ ਜ਼ਰੂਰ ਆਪਣਾ ਸਮਾਂ ਨੋਟ ਕਰਿਆ ਕਰੋ ਕਿ ਪਾਠ ਪੜਨੂ ਕਿੰਨਾ ਸਮਾਂ ਲੱਗਾ ਤੇ ਤੁਸੀਂ ਕਿਸ ਤਰ੍ਹਾਂ ਦਾ ਪਾਠ ਪੜਿਆ ਸੋ ਮੈਂ ਨਾ ਕੀ ਕਹਿ ਕੇ ਲਾਸਨ ਇੱਥੇ ਹੀ ਖਤਮ ਕਰਦੀ ਹਾਂ ਸੋ ਫਤਿਹ ਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ